ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵੰਤਕ ਔਰ ਪਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ ਖਬਰ 'ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਜਾਂ ਹੋਰ ਇੱਧਰ ਉੱਧਰ ਸੰਘਰਸ਼ ਦੇ ਵਿੱਚ ਕੀ ਕੁਛ ਚੱਲ ਰਿਹਾ ਉਸ 'ਤੇ ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਵੈਦਿਕ, ਲੋਵਸਤ ਨਾਮ ਸਿੰਘ ਸ਼ੇਰਗਿੱਲ, ਸਲਮਾ ਬੀਸਲਾ ਪਰਿਵਾਰ, ਮਨਜੀਤ ਸਿੰਘ ਦੀਵਾਨਾ ਫਰਜਨੋ, ਬਖਸ਼ੀਸ਼ ਸਿੰਘ ਪਾਊ ਬ੍ਰਦਰਸ, ਗੁਰਚਰਨ ਸਿੰਘ ਬੇਕਰਸਫੀਲਡ ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਨੂੰ ਤੁਸੀਂ ਕਾਲ ਕਰਕੇ ਆਪਣਾ ਲੋਨ ਕਰਵਾ ਸਕਦੇ ਹੋ, ਰੀਅਲ ਸਟੇਟ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹੋ। 5599052575 ਬਰਿੰਦਰ ਸਿੰਘ ਬੂਰਾ ਕੈਂਟ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹੈਗੇ ਹਾਂ ਰਵੀ ਦਿਸ਼ਾ, ਜਿਹੜੀ ਹੈ ਦਿਸ਼ਾ ਲੜਕੀ ਹੈ ਜਿਸ ਨੂੰ ਚੱਕ ਲਿਆ ਸੀ, ਉਸੀ ਦੇਸ਼ ਵਿਦੇਸ਼ ਦੇ ਵਿੱਚੋਂ ਬਹੁਤ ਭਾਰੀ ਹਮਾਇਤ ਹੋ ਰਹੀ ਹੈ। ਕੋ ਚਫੇਰੇ ਤੋਂ ਉਹਦੀ ਜਿਹੜੀ ਹਮਾਇਤ ਆ ਉਹ ਹੋ ਰਹੀ ਹੈ। ਦਿਸ਼ਾ ਦੀ ਦਿਸ਼ਾ ਰਵੀ ਜਿਹੜੀ ਆ ਉਹ ਇੱਕ ਇਨਵਾਇਰਮੈਂਟ ਦੇ ਵਾਸਤੇ ਲੜਨ ਵਾਲੀ ਲੜਕੀ ਹੈ, ਔਰ ਉਹਨੂੰ ਜਿਹੜਾ ਪੁਲਿਸ ਦੇ ਵੱਲੋਂ ਅਰੈਸਟ ਕਰਨ ਤੋਂ ਬਾਅਦ ਦੋ ਦੇ ਹੋਰ ਗ੍ਰਿਫਤਾਰੀ ਦੇ ਵਾਰੰਟ ਆ ਜਿਹੜੇ ਉਹ ਜਾਰੀ ਕੀਤੇ ਹੋਏ ਆ, ਜਦੋਂ ਕਿ ਜਿਹੜੀ ਨਿਕਿਤਾ ਜੈਕਬ ਹੈ ਖੁਦ ਵਕੀਲ ਆ ਉਹਨੇ ਮੁੰਬਈ ਹਾਈ ਕੋਰਟ ਤੱਕ ਪਹੁੰਚ ਕੀਤੀ ਆ, ਜਿੱਥੇ ਅੱਜ ਇਸ ਮਾਮਲੇ ਦੇ ਉੱਤੇ ਅਗਾਊ ਜ਼ਮਾਨਤ ਤੇ ਸੁਣਵਾਈ ਹੋ ਸਕਦੀ ਹੈ। ਟੂਲਕਿਟ ਮਾਮਲੇ ਨੂੰ ਹੀ ਜ਼ਿਆਦਾ ਹਵਾ ਜਿਹੜੀ ਉਹ ਦੇ ਦਿੱਤੀ ਗਈ ਆ ਕਿ ਦੇਸ਼ ਵਿਦੇਸ਼ ਦੇ ਵਿੱਚ ਚਾਹੇ ਉਹ ਕਲਾਕਾਰ ਨੇ, ਪੱਤਰਕਾਰ ਭਾਈਚਾਰਾ ਹੈ, ਸੋਸ਼ਲ ਐਕਟਿਵਿਸਟ, ਪੋਲੀਟਿਕ ਵਿਰੋਧੀ ਧਿਰਾਂ ਵਾਲੇ, ਸਾਰਿਆਂ ਦੇ ਵੱਲੋਂ ਦਿਸ਼ਾ ਦੀ ਗਈ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ ਜਿਹੜੀ ਆ ਕੀਤੀ ਜਾ ਰਹੀ ਹੈ। ਬਹੁਤੇ ਜਿਹੜੇ ਨੇ ਨਾਮ ਪੜ੍ਹਨੇ, ਤਕਰੀਬਨ 70-80 ਦੇ ਕਰੀਬ ਜਿਹੜਾ ਦੀ ਉਹ ਨਾਮ ਨੇ ਜਿਹਨਾਂ ਨਾਮਵਰ ਇਹ ਦਿਸ਼ਾ ਰਵੀ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ, ਉਹਨਾਂ ਦਾ ਇਹ ਕਹਿਣਾ ਕਿ ਸਾਡਾ ਮਜ਼ਾਕ ਜਿਹੜਾ ਉਹ ਬਣ ਜਾਊਗਾ। ਜਿਹੜੀ ਟੂਲ ਕਿੱਟ ਮਾਮਲਾ ਹੈ, ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇਹ ਟੂਲ ਕਿੱਟ ਅਕਸਰ ਬਣਾਉਂਦੀਆਂ ਨੇ ਇਸ ਤਰ੍ਹਾਂ ਦੀ ਕਿ ਉਹਦੇ ਵਿੱਚ ਹੁੰਦਾ ਕੀ ਹੈ, ਦਿਸ਼ਾ ਨਿਰਦੇਸ਼ ਜੇ ਵੀ ਕਿਹੜੇ ਤਰੀਕੇ ਨਾਲ ਕਰਨਾ, ਕੀ ਕਰਨਾ, ਕਿਵੇਂ ਕਰਨਾ, ਇਹ ਜਿਹੜੀ ਆਪਣੇ ਵਾਤਾਵਰਨ ਪ੍ਰੇਮੀ ਜਿਹੜੀ ਵਾਤਾਵਰਨ ਦੇ ਵਾਸਤੇ ਬੋਲਦੀ ਗ੍ਰੇਟਾ, ਉਹਦੇ ਟਵੀਟ ਤੋਂ ਬਾਅਦ ਹੀ ਇਹ ਸਾਰੀਆਂ ਘੁੰਡੀਆਂ ਜਿਹੜੀਆਂ ਉਹ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਦਿਸ਼ਾ ਰਵੀ ਨੂੰ ਜਦੋਂ ਅਦਾਲਤ ਕੀਤਾ ਗਿਆ ਤਾਂ ਉਹਦੇ ਕੋਲੇ ਵਕੀਲ ਕੋਈ ਨਹੀਂ। ਇਸ ਗੱਲ ਨੂੰ ਲੈ ਕੇ ਵੱਡੀ ਨਿਖੇਧੀ ਜਿਹੜੀ ਆ ਉਹ ਪੁਲਿਸ ਦੀ, ਦਿੱਲੀ ਪੁਲਿਸ ਦੀ ਹੋ ਰਹੀ ਆ। ਹਾਲਾਂਕਿ ਦਿੱਲੀ ਪੁਲਿਸ ਕਹਿੰਦੀ ਆ ਕਿ ਨਹੀਂ ਉਹਨੂੰ ਕਾਨੂੰਨੀ ਸਹਾਇਤਾ ਪ੍ਰੋਵਾਈਡ ਕਰਵਾਈ ਗਈ ਆ, ਪਰ ਰਿਐਲਿਟੀ ਇਹ ਹੈ ਕਿ ਦਿਸ਼ਾ ਰਵੀ ਨੇ ਆਪਣਾ ਮਾਮਲਾ ਆਪ ਹੀ ਜਿਹੜਾ ਪੇ ਕੀਤਾ। ਉਹਨੇ ਇਹ ਕਿਹਾ ਕਿ ਜਿਹੜੀ ਟੂਲ ਕਿੱਟ ਸੀ ਉਹਦੇ ਵਿੱਚ ਦੋ ਲਾਈਨਾਂ ਕਿਸਾਨ ਅੰਦੋਲਨ ਦੀ ਹਮਾਇਤ ਦੇ ਵਾਸਤੇ ਲਿਖੀਆਂ ਸੀ, ਇਦੋਂ ਵੱਧ ਤਾਂ ਉਹਨੇ ਹੋਰ ਕੁਛ ਨਹੀਂ ਕੀਤਾ। ਕੀ ਕਿਸਾਨ ਅੰਦੋਲਨ ਦੀ ਹਮਾਇਤ ਕਰ ਦੇਣੀ ਗੁਨਾਹ ਹੋ ਗਿਆ? ਉਹਨੇ ਇਹ ਵੀ ਜਿਹੜਾ ਦੀ ਉਹ ਅਦਾਲਤ ਨੂੰ ਰੋਂਦਿਆਂ ਹੋਇਆ ਜਿਹੜਾ ਸੀ ਉਹ ਪੁੱਛਿਆ। ਜਿਹੜਾ ਯੂਥ ਹੈ ਉਹਦੇ ਵਿੱਚ ਜਿਹੜਾ ਦੀ ਇੱਕ ਵੱਡਾ ਗੁੱਸਾ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਪਾਇਆ ਜਾ ਰਿਹਾ ਕਿ ਸਰਕਾਰ ਇਹ ਕਿੱਧਰ ਨੂੰ ਤੁਰ ਪਈ ਆ, ਕਿਹੜੇ ਤਰੀਕੇ ਦੇ ਨਾਲ ਲੋਕਾਂ ਨੂੰ ਉਹ ਦਬਾਅ ਦੇਣਾ ਚਾਹੁੰਦੀ ਆ। ਇਸ ਮਾਮਲੇ ਦੇ ਵਿੱਚ ਦਿਸ਼ਾ ਰਵੀ ਦੀ ਗ੍ਰਿਫਤਾਰੀ ਦਾ ਦੇਸ਼ ਵਿਦੇਸ਼ ਦੇ ਵਿੱਚੋਂ ਜਿਹੜਾ ਦੀ ਉਹ ਵਿਰੋਧ ਹੋ ਰਿਹਾ। ਇਹ ਵਿਰੋਧੀ ਧਿਰਾਂ ਨੇ ਇਸ ਕਾਰਵਾਈ ਨੂੰ ਲੋਕਤੰਤਰ ਦੇ ਉੱਤੇ ਹਮਲਾ ਕਰਾਰ ਦਿੱਤਾ। ਕਮਲਾ ਹੈਰਿਸ ਦੀ ਜਿਹੜੀ ਭਾਣਜੀ ਹੈ ਮੀਨਾ ਹੈਰਿਸ ਨੇ ਇਹ ਗੱਲ ਕਹੀ ਆ ਕਿ ਇਹ ਇੱਕ ਨੌਜਵਾਨ ਜੀ ਨੂੰ ਜਿਹੜਾ ਦੀ ਉਹ ਗ੍ਰਿਫਤਾਰ ਕੀਤਾ ਸਿਰਫ ਇਸ ਕਰਕੇ ਕਿ ਉਹਨੇ ਕਿਸਾਨੀ ਸੰਘਰਸ਼ ਦੀ ਹਮਾਇਤ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸੀ ਉਹ ਲਿਖ ਦਿੱਤਾ। ਹੁਣ ਜਿਹੜੇ ਅਗਲੇ ਕੁਛ ਦਿਨ ਨੇ ਉਹ ਇਸ ਪੁਆਇੰਟ ਆਫ ਵਿਊ ਦੇ ਨਾਲ ਬੜੇ ਅਹਿਮ ਹੋਣਗੇ ਵੇਖਣ ਲਈ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਕਿਸ ਤਰ੍ਹਾਂ ਰਿਐਕਟ ਕਰਦੀ ਹੈ ਇਹਦੇ ਉੱਤੇ, ਕਿਉਂਕਿ ਤਰੀਕਾ ਤਾਂ ਹੈ ਇਹ ਉਹਨੂੰ ਡਰਾਉਣ ਦਾ ਵੀ ਕਿਤੇ ਇਹਦੇ ਵਿੱਚ ਸਟੂਡੈਂਟ ਵਰਗ ਜਿਹੜਾ ਦੀ ਉਹ ਸ਼ਾਮਿਲ ਨਾ ਹੋ ਜੇ। ਇਹ ਜਿਹੜਾ ਦੀ ਵਰਗ ਉਹ ਹੁੰਦਾ ਜਿਹਦਾ ਰਿਐਕਸ਼ਨ ਇੱਕ ਤਾਂ ਬਹੁਤ ਤੇਜ਼ੀ ਦੇ ਨਾਲ ਜਿਹੜਾ ਦੀ ਉਹ ਫੈਲਦਾ, ਔਰ ਉਹਨੂੰ ਇੱਦਾਂ ਦਬਾਇਆ ਜਿਹੜਾ ਦੀ ਉਹ ਜਾ ਸਕਣ। ਜੇ ਆਪਾਂ ਇਤਿਹਾਸ ਵੇਖੀਏ ਤਾਂ ਉਹ ਬੜਾ ਔਖਾ। ਵੇਖਣਾ ਇਹ ਹੋਊਗਾ ਕਿ ਦਿਸ਼ਾ ਰਵੀ ਤੋਂ ਬਾਅਦ ਪਹਿਲੀ ਤਾਂ ਗੱਲ ਜਿਹੜੀ ਨਿਕਿਤਾ ਜੈਕਬ ਹੈ ਉਹਨੂੰ ਅੱਜ ਜਿਹੜੀ ਆ ਅਗਾਊ ਜ਼ਮਾਨਤ ਮਿਲਦੀ ਆ ਜਾਂ ਨਹੀਂ, ਜੇ ਨਹੀਂ ਮਿਲਦੀ ਤਾਂ ਉਹਦਾ ਅਗਲਾ ਜਿਹੜਾ ਦੀ ਉਹ ਸਟੈਪ ਕੀ ਹੁੰਦਾ, ਔਰ ਇਹਦੇ ਇਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਆ, ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਜਿੰਨੀਆਂ ਮਰਜ਼ੀ ਗ੍ਰਿਫਤਾਰੀਆਂ ਜਿਹੜੀਆਂ ਦੀ ਉਹ ਪੁਲਿਸ ਕਰੀ ਜਾਵੇ, ਦਰਜਨਾਂ ਦੇ ਹਿਸਾਬ ਦੇ ਨਾਲ ਗ੍ਰਿਫਤਾਰੀਆਂ ਜਿਹੜੀਆਂ ਉਹ ਕਰੀ ਜਾਵੇ, ਕਿ ਉਹਨੇ ਵੀ ਟੂਲ ਕਿੱਟ ਅੱਗੇ ਭੇਜੀ ਸੀ, ਉਹਨੇ ਵੀ ਟੂਲ ਕਿੱਟ ਜਿਹੜੀ ਅੱਗੇ ਭੇਜੀ ਸੀ, ਜਦੋਂ ਕਿ ਟੂਲ ਕਿੱਟ ਵਾਲੇ ਮਾਮਲੇ ਦੇ ਉੱਤੇ ਐਕਸਪਰਟ ਜਿਹੜੇ ਆ ਜੀ ਉਹ ਇਹ ਦੱਸ ਰਹੇ ਆ
ਕਿ ਇਹ ਮਾਮਲਾ ਜਿੱਡਾ ਵੱਡਾ ਬਣਾ ਦਿੱਤਾ ਗਿਆ, ਇੱਡੀ ਕੋਈ ਵੀ ਗੱਲ ਇਹਦੇ ਵਿੱਚ ਨਹੀਂ ਸੀਗੀ। ਬਸ ਇਹ ਚੱਕ ਚੱਕ ਅੰਦਰੇ ਦੇਣਾ ਲੋਕਾਂ ਨੂੰ। ਤਾਂ ਅੱਗੇ ਦੂਸਰੀ ਲੜਕੀ ਨੌਦੀਪ ਦੀ ਜੇ ਗੱਲ ਕਰੀਏ ਤਾਂ ਉਸ ਦੀ ਰਿਹਾਈ ਦੀ ਵੀ ਆਸ ਵੱਜੀ ਆ। ਨੌਦੀ ਜਿਹੜੀ ਕਿ ਉਹਨਾਂ ਦੇ ਵਾਸਤੇ ਲੜਨ ਵਾਲੀ ਹੈ, ਬੇਸ਼ੱਕ ਇਹ ਕੇਸ ਕਿਸਾਨ ਸੰਘਰਸ਼ ਦੇ ਨਾਲ ਰਿਲੇਟਡ ਨਹੀਂ ਗਏ ਕਰਕੇ ਕੇ ਨਹੀਂ ਹੋਏ ਉਹਦੇ, ਪਰ ਲੋਕਾਂ ਦੇ ਵਾਸਤੇ ਲੜਦੀ ਆ ਔਰ ਕਿਸਾਨ ਸੰਘਰਸ਼ ਦੇ ਵਿੱਚ ਸ਼ਾਮਿਲ ਰਹੀ ਆ। ਉਹਨੂੰ ਅਰੈਸਟ ਵੀ ਜਿਹੜਾ ਉਹ ਸਿੰਘੂ ਸਰਹੱਦੂ ਦੇ ਏਰੀਏ ਦੇ ਵਿੱਚ ਜਿਹੜੀ ਇੰਡਸਟਰੀ ਆ ਉੱਥੇ ਉਹ ਕੰਮ ਵੀ ਤੇ ਉਹ ਮਜ਼ਦੂਰਾਂ ਦੇ ਹੱਕ ਵਾਸਤੇ ਲੜਦੀ। 3 ਮਾਮਲੇ ਉਹ ਜਿਹੜੇ ਦੀ ਉੱਠੇ ਗਿਆ, ਇਹਦੇ ਚੋਂ ਇੱਕ ਮਾਮਲਾ ਜਿਹੜਾ ਜੀ ਉਹ ਗੰਭੀਰ ਆ, ਉਹ ਕਿ ਇਰਾਦਾ ਕਤਲ ਧਾਰਾ ਹੈ। ਇੱਕ ਮਾਮਲੇ ਜ਼ਮਾਨਤ ਦੀ ਉਹ 3 ਦਿਨ ਪਹਿਲਾਂ ਮਿਲ ਗਈ। ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ 2 ਪ੍ਰਸਿੱਧ ਵਕੀਲ ਨੇ ਆਰ ਐਸ ਚੀਮਾ ਤੇ ਰਾਜਵਿੰਦਰ ਸਿੰਘ, ਇਹ ਤੇ ਨੌਦੀਪ ਦੇ ਵਾਸਤੇ। ਕੱਲ ਜਿਹੜਾ ਦੂਜਾ ਜਬਰੀ ਵਸੂਲੀ ਦਾ ਇਹ ਮਾਮਲਾ ਪਾਇਆ, ਇਹਦੇ ਜਿਹੜੀ ਆ ਜੀ ਉਹ ਜ਼ਮਾਨਤ ਦੇ ਦਿੱਤੀ ਆ ਅਦਾਲਤ ਨੇ। ਧਾਰਾ 148, 49 ਤੇ 452 ਜਿਹੜੀਆਂ ਜੀ ਉਹ ਲਾਈਆਂ ਸੀਗੀਆਂ, ਲੀਲਾਂ ਸੀ ਉਹ ਅਦਾਲਤ ਦੀਆਂ, ਔਰ ਉਹਨੂੰ ਜ਼ਮਾਨਤ ਜਿਹੜੀ ਦੇ ਕੇ ਰਾਜ਼ੀ ਹੋ ਗਈ, ਪਰ ਉਹਦੀ ਰਿਹਾਈ ਅਜੇ ਤੋਂ ਬਾਅਦ ਨਹੀਂ। ਉਹਦਾ ਰੀਜ਼ਨ ਜਿਹੜਾ ਇਹ ਆ ਕਿ ਜਿਹੜੀ ਧਾਰਾ 107 ਉਹਦੇ ਤੀਜਾ ਜਿਹੜਾ ਮਾਮਲਾ ਉਹ ਕੋਰਟ ਸੋਨੀਪਤ ਆ ਉੱਥੋਂ ਰੱਦ ਹੋ ਚੁਈ ਆ, ਔਰ ਹੁਣ ਜਿਹੜੀ ਜ਼ਮਾਨਤ ਅਰਜ਼ੀ ਆ ਹਾਈ ਕੋਰਟ ਹੈ, ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੀ ਵੀ ਹਾਈ ਕੋਰਟ ਚੰਡੀਗੜ੍ਹ ਵਾਲੀ ਹੈ, ਉੱਥੇ ਇਹ ਅਰਜ਼ੀ ਲਾ ਦਿੱਤੀ। ਇਹਦੇ ਉੱਤੇ ਅੱਜ ਜਾਂ ਭਲਕੇ ਜਿਹੜੀ ਸੁਣਵਾਈ ਹੈ ਇਹ ਡਿਪੈਂਡ ਆ ਇਹਦੇ ਉੱਤੇ, ਉੱਥੇ ਨੰਬਰ ਜਿਹੜਾ ਉਹ ਲੱਗਦਾ। ਜੇ ਨੰਬਰ ਅੱਜ ਆ ਜਾਂਦਾ ਜਾਂ ਕੱਲ੍ਹ ਨੂੰ ਜਿਹੜਾ ਇਹ 2 ਵਕੀਲ ਜਿਹੜੇ ਨੇ ਪਹਿਲਾਂ ਵੀ ਜ਼ਮਾਨਤ ਜਿਹੜਾ ਦੀ ਕੀਤਾ ਉਹ ਹੈ ਹੀ ਪੰਜਾਬ ਹਾਈ ਕੋਰਟ ਤੋਂ, ਬਹੁਤ ਵੱਡਾ ਨਾਮ ਹੈ। ਇਹ ਲੋਕ ਜਿਹੜੇ ਇਹ ਵਕੀਲ ਬਿਲਕੁਲ ਮੁਫ਼ਤ ਦੀ ਸਹਾਇਤਾ ਨੌਦੀਪ ਕੌਰ ਨੂੰ, ਨਾ ਸਿਰਫ ਨੌਦੀਪ ਕੌਰ ਨੂੰ ਦੇ ਰਹੇ ਆ ਬਲਕਿ ਜਿਹੜੇ ਹੋਰ ਵੀ ਇਹ ਵਕੀਲਾਂ ਦੀ ਟੀਮ ਹੈ ਜਿਹੜੀ ਕਿ ਦਿੱਲੀ ਦੀਆਂ ਵੱਖ ਵੱਖ ਅਦਾਲਤਾਂ ਵੀ ਲੋਕਾਂ ਦੀ ਮਦਦ ਉਹ ਕਰ ਰਹੀ। ਜਿੱਥੋਂ ਤੱਕ ਢੁੱਚਣਾ ਡਾਉਣ ਵਾਲੀ ਗੱਲ ਸਰਕਾਰ ਡਰ ਰਹੀ, ਕਿਉਂਕਿ ਹਰਿਆਣੇ ਦੀ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਹੋਇਆ ਕਰਨਾਲ ਦੇ ਜੇਲ੍ਹ। ਪੰਜਾਬ ਰਾਜ ਮਹਿਲਾ ਕਮੇਟੀ ਚੇਅਰਪਰ ਜਿਹੜੀ ਆ ਮਨੀਸ਼ਾ ਗੁਲਾਟੀ, ਨੌਦੀਪ ਕੌਰ ਨੂੰ ਮਿਲਣ ਦੀ ਇਜਾਜ਼ਤ ਦੇਣ ਤੋਂ ਕੱਲ੍ਹ 1 ਮਹੀਨੇ ਤੋਂ ਕਰਨਾਲ ਜੇਲ੍ਹ ਦੇ ਹਿਰਾਸਤ ਤਹਿਤ ਬੰਦ ਹੈ। ਹਾਲਾਂਕਿ ਭਾਈ ਕੋਰਟ ਨੇ, ਕਿਉਂਕਿ ਜਿਹੜੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਤੇ ਉਸ ਚਿੱਠੀ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੇ ਸੂਓ ਮੋਟੋ ਲਿਆ, ਉਹਨਾਂ ਨੇ ਨੋਟਿਸ ਵੀ ਉਹ ਜਾਰੀ ਕੀਤਾ ਹੈ। ਦੇ ਬਾਵਜੂਦ ਕਰਨਾਲ ਦੇ ਜੇਲ੍ਹ ਸੀਗੇ ਉਹਨੇ ਇਹ ਗੱਲ ਕਹੀ ਕਿ ਫੋਨ ਕਰਕੇ ਮਨੀਸ਼ਾ ਗੁਲਾਟੀ ਨੂੰ ਤਾਂ ਕਿ ਉਹ ਮਿਲਣ ਲਈ ਨਾ ਆਵੇ, ਜੇ ਆਉਣਾ ਤਾਂ ਹਰਿਆਣੇ ਸਰਕਾਰ ਤੋਂ ਪ੍ਰਵਾਨਗੀ ਲਵੇ, ਉਹਦੇ ਤੋਂ ਬਿਨਾਂ ਉਹਨੂੰ ਜਿਹੜਾ ਉਹ ਦਿੱਤਾ ਜਾਊਗਾ। ਤੁਸੀਂ ਦੇਖੋ ਕਿ ਜਿਹੜੇ ਹੱਕ ਨੇ ਕਿਵੇਂ ਖੋਹੇ ਜਾ ਰਹੇ ਲੋਕਾਂ ਦੇ, ਕੀ ਮਿਲਣ ਤੋਂ ਵੀ ਮਹਿਲਾ ਕਮੇਟੀ ਜਿਹੜੀ ਚੇਅਰਪਰਸਨ ਉਹਨੂੰ ਮਿਲਣ, ਇਹ ਆਪਣੇ ਆਪ ਦੇ ਹੈਰਾਨਗੀ ਵਾਲੀ ਗੱਲ ਹੈ। ਇਹ ਜ਼ਰੂਰ ਹੈਗਾ ਕਿ ਮਹਿਲਾ ਕਮਿਸ਼ਨ ਹੈ ਉਹਨੇ ਪਹਿਲਾਂ ਇਹਨਾਂ ਦੱਸ ਲਿਆ ਜਿਹੜਾ ਸੀ ਮਾਮਲਾ ਭੱਕ ਗਿਆ ਤੇ ਹੁਣ ਯਾਦ ਆ ਗਵੇ, ਉਹਨੂੰ ਮਿਲਣ ਦੀ ਇਜਾਜ਼ਤ ਤਾਂ ਉਹ ਦਿੱਤੀ ਜਾਣੀ ਚਾਹੀਦੀ ਹੈ। ਇਹ ਮਤਲਬ ਇਹ ਆ ਕਿ ਕੱਲ ਨੂੰ ਜਿਹੜਾ ਉਹ ਸਾਡੀ ਇਜਾਜ਼ਤ ਦੇਣ ਤੋਂ ਨਾ, ਇਹ ਜਿਹੜਾ ਅਜਿਹੀਆਂ ਨੇ ਪਹਿਲਾਂ ਜਿਹੜਾ ਇਹ ਪਹੁੰਚਾਇਆ ਹਰਿਆਣੇ ਸਰਕਾਰ ਦੀਆਂ, ਔਰ ਹੁਣ ਜਿਵੇਂ ਹਰਿਆਣੇ ਦੇ ਮੁੱਖ ਵੀ ਜਾਂਦੇ ਆ ਕਿ ਜਿਹੜੀ ਤੋੜ ਭੰਨ ਹੋਈ ਆ ਅਸੂਨ ਲਿਆ ਰਹੇ ਸੀ ਤੇ ਉਹ ਕਿਸਾਨਾਂ ਤੋਂ ਕਿਸਾਨ ਆਗੂ ਉਹਦੀ ਭਰਪਾਈ ਕਰਾਂਗੇ ਜੋ ਕੁਛ ਤੋੜ ਭੰਨ ਹੋਈ, ਤੇ ਜਿਹੜਾ ਕੁਛ ਹਰਿਆਣੇ ਦੀ ਹਾਈਵੇ ਜਿੰਨੇ ਤੋੜੇ ਭੰਨ ਉਹ ਕਿੱਥੋਂ ਦੀ ਉਹ ਲੈਣਗੇ। ਇਹ ਬੁਖਲਾਹਟ ਸਰਕਾਰਾਂ ਦੀ, ਇਹ ਬੁਖਲਾਹਟ ਸਾਰਾ ਕੁੱਤਾ ਜਾ ਰਿਹਾ, ਚਾਹੇ ਪਹਿਲੀ ਗੱਲ ਆਪਣੀ ਆ ਚਾਹੇ ਇਹ ਨੌਦੀਪ ਕੌਰ ਨੂੰ ਨਾ ਮਿਲ ਲੈਣ ਵਾਲੀ ਜਿਹੜੀ ਉਹ ਗੱਲ। ਬਿਲਕੁਲ ਜੀ, ਇਹ ਤਾਂ ਜ਼ਰੂਰ ਚਾਹੀਦਾ ਸਰਕਾਰ 'ਤੇ, ਤਾਂ ਬਹੁਤ ਜ਼ਰੂਰੀ ਚਾਹੀਦਾ ਕਿ ਸੜਕਾਂ ਤੋੜ ਸਿੱਟੀਆਂ ਇਹਨਾਂ ਨੇ। ਤਾਂ ਅੱਗੇ ਗਾਜ਼ੀਪੁਰ ਦੀ ਗੱਲ ਕਰਦੇ ਹਾਂ, ਤਰਾਈ ਖੇਤਰ ਨੇ ਦਿੱਤੀ ਵੱਡੀ ਸ਼ਕਤੀ, ਤਾਕਤ ਦਿੱਤੀ ਗਾਜ਼ੀਪੁਰ ਨੂੰ। ਉੱਤਰਾਖੰਡ ਤਰਾਈ ਖਿੱਤਾ ਜਿਹੜਾ ਜੀ ਲਹਿਰ ਔਰ ਗਾਜ਼ੀਪੁਰ ਮੋਰਚਾ ਜਿਹੜਾ ਜੀ ਉਹਦੀ ਤਾਕਤ ਦਿੱਤੀ ਆ। ਗਾਜ਼ੀਪੁਰ ਦੇ ਪੰਜਾਬੀ ਉਹ ਮੋਹਰੀ ਊਧਮ ਸਿੰਘ ਤੇ ਹਰਿਦੁਆਰ ਦੇ 100 ਪਿੰਡ ਪੰਜਾਬੀ ਵਸੋਂ ਆ ਜਿਨ੍ਹਾਂ ਨੇ ਉੱਤਰਾਖੰਡ ਉੱਤਰ ਪ੍ਰਦੇਸ਼ ਖੇਤੀ ਦੇ ਖਿਲਾਫ਼ ਕੰਧ ਖੜੀ ਕਰਤੀ ਆ। ਨਵਰੀਤ ਤੋਂ ਬਾਅਦ ਕਿਸਾਨੀ ਦੇ ਨਾਂ ਮੋਢਾ ਜਿਹੜਾ ਤਰਾਈ ਕਰੀਬ 45 ਦੀ ਆਬਾਦੀ ਨਦੀ ਆ ਨੇ ਜਾਨ ਨੂੰ ਆਬਾਦ ਕੀਤਾ। ਰਕੇਸ਼ ਤਰਾਈ ਦੇ ਕਿਸਾਨ ਦਿੱਤਾ, ਤਰਾਈ ਦੇ ਯਾਦਵ ਪਾਂਡੇ ਭਾਈਚਾਰਾ, ਜੱਟ ਭਾਈਚਾਰਾ, ਪੰਜਾਬੀ ਕਿਸਾਨ ਇਹ ਸਾਰੇ ਜਿਹੜੇ ਮਿਲਾਏ ਆ। ਖੇਤੀ ਦੇ ਖਿਲਾਫ ਤਰਾਈ ਦੇ ਮਾਹੌਲ ਮਿਨੀ ਪੰਜਾਬ ਦਾ ਪਾਉਂਦਾ, ਕਿਸਾਨ ਪਰਿਵਾਰਾਂ ਔਰਤਾਂ ਪਹਿਲੀ ਵਾਰੀ ਘਰੋਂ ਬਾਹਰ, ਕਿਉਂਕਿ ਸਾਰਿਆਂ ਨੂੰ ਗੱਲ ਦਾ ਡਰ ਹੈ, ਜਿਹਦੇ ਕਰਕੇ ਭਾਜਪਾ ਦੇ ਆਗੂ ਮੁੱਖ ਵਾਲੇ ਉੱਤੇ ਬੈਨਰ ਲੱਗੇ ਨੇ ਔਰ ਇਹ ਔਰਤਾਂ ਹੋ ਕੇ ਗਾਜ਼ੀ ਪਹੁੰਚੀ। ਅੱਗੇ ਵੀ ਇੱਕ ਦਿਨ ਗੱਲ ਦੇਣਗੀ ਕਿ ਪੰਜਾਬ ਦੇ ਵਿੱਚ ਦਾ ਰੋਲ ਹੈ ਬਹੁਤ ਹੈ, ਇਸ ਵੇਲੇ ਵੀ ਉਹ ਘਰ ਸੰਭਾਲਣ ਉੱਥੇ ਜਿਹੜਾ ਜੀ ਉਹ ਬੈਠਣ ਵਾਲਾ ਹੈ, ਪਰ ਅਹਿਮ ਰੋਲ ਜਿਹੜਾ ਖਾਪਾਂ ਖਾਪ ਪੰਚਾਇਤਾਂ ਨੇ, ਔਰਤਾਂ ਬਾਹਰ ਜਿਹੜਾ ਖਾਪ ਜੀ ਕੇ ਔਰਤ ਹੈ ਉਹ ਜਿਹੜਾ ਕੁੜੀ ਵਗੈਰਾ ਤੋਂ ਜਾਂਦਾ, ਭਾਵ ਕੇ ਪਰਦਾ ਜ਼ਿਆਦਾ, ਪਰ ਇਹ ਕੁਛ ਬਦਲ ਕੇ ਜਿਹੜਾ ਉਹ ਰਿਹਾ। ਇਹੀ ਕੁਛ ਜਿਹੜਾ ਤਰਾਈ ਖਰੀ ਜਿਹੜਾ ਜੀ ਹਰ ਪਿੰਡ ਚੋਂ ਪਰ ਟਰਾਲੀਆਂ ਵਾਰੋ ਵਾਰੀ ਗਾਜ਼ੀ ਕਿਸਾਨ ਆਗੂ ਨੂੰ ਘੋਲ ਚਿੱਸੇਦਾਰ ਬਣਾਇਆ ਜਿਹੜਾ ਜੀ ਉਹ ਜਾ ਸਕੇ। ਊਧਮ ਸਿੰਘ ਬਾਜਪੁਰੀ ਪੰਜਾਬੀ ਬੈਲਟ ਉਹ ਪੰਜਾਬੀ ਨੇ ਪਹਿਲ ਮਾਮਲੇ ਦੇ ਵਿੱਚ ਹੁਣ ਤਰਾਈ ਦੇ ਬਾਕੀ ਖੇਤੀ ਕਾਨੂੰਨਾਂ ਦੇ ਖਿਲਾਫ਼ ਪਏ ਆ।
ਹੈ ਉਹ 13 ਦੇ ਰਾਜ ਦੀ 42 ਸੀ ਅਨਾਜ ਜਿਹੜਾ ਜੀ ਪੈਦਾ ਹੁੰਦਾ ਨਗਰ ਜ਼ਿਲ੍ਹੇ ਦੇ ਪੰਜਾਬ ਦੇ ਪਿੰਡਾਂ ਵਾਂਗ ਦਾਖਲੀ ਦੇ ਬਾਰੇ ਜਿਹੜਾ ਉਹ ਲਿਖਿਆ ਹੋਇਆ ਉਹਨਾਂ ਨੇ ਤਰਾਈ ਖਰੀ ਹਰ ਕੰਧ ਜਿਹੜੀ ਹੈ ਉਹ ਢਾ ਦਿੱਤੀ ਹੈ ਔਰ ਸਾਰੇ ਖੰਡ ਦੇ ਵਾਸਤੇ ਅੱਗੇ ਆ ਗਏ ਆ। ਪੰਜਾਬ ਦੀ ਗੱਲ ਤਾਂ ਵੀ ਹੈ ਬਹੁਤ ਵਾਰੀ ਕਿ ਪੰਜਾਬ ਨੇ ਪੰਜਾਬ ਜਿਹੜੇ ਸਿਰ ਪਾੜਨ ਵਾਲੇ ਏਰੀਆ ਵਾਲੀਆਂ ਗੱਲਾਂ ਉਹ ਬਹੁਤ ਘੱਟ ਹੁਣ ਇਹਦਾ ਸਿੱਧਾ ਨੂੰ ਮਿਲ ਰਿਹਾ ਗੁੱਜਰ ਭਾਈ ਉਹ ਜਾਟ ਭਾਈ ਉਹ ਹੁਣ ਆਈ ਦੇ ਖੇਤ ਕਿਤੇ ਨਾ ਕਿਤੇ ਅੱਜ ਕਰੇ ਜਾਂ ਨਾ ਇਹ ਟਾਈਮ ਜਦੋਂ ਕਿਹਾ ਜਾਊਗਾ ਤਾਂ ਇਹ ਵੀ ਮਾਮਲੇ ਚ ਪਰੋਖੇ ਕੀਤਾ ਜਾ ਸਕੂਗਾ ਨੇ ਬਹੁਤ ਵੱਡੇ ਵੱਡੇ ਪਾੜ ਪੂਰਨ ਦੇ ਵਾਸਤੇ ਬਹੁਤ ਵੱਲ ਨਿਭਾਇਆ ਜਿਹੜਾ ਸੀ ਪਾਰਟੀਆਂ ਸਿਆਸੀ ਪਾਰਟੀਆਂ ਉਹ ਪਾੜ ਕੇ ਨੇ ਔਰ ਉਹ ਸਫਲ ਵੀ ਦੇ ਦੌਰਾਨ ਪਰ ਇਹ ਅੰਦੋਲਨ ਹੌਲੀ ਹੌਲੀ ਸੋ ਪਾੜ ਪੂਰਨ ਦੀ ਪੂਰੀ ਕੋਸ਼ਿਸ਼ ਬਿਲਕੁਲ ਜੀ ਜੋ ਸਮਾਜਿਕ ਪਾੜ ਸੀਗਾ ਨਾ ਉਹ ਕਾਫੀ ਹੱਦ ਤੱਕ ਪੂਰਿਆ ਗਿਆ ਆ ਤੇ ਅੱਗੇ ਬਸੰਤ ਮੌਕੇ ਜਿਹੜੇ ਲੋਕ ਆ ਉਹ ਕਿਸਾਨੀ ਪਤੰਗਾਂ ਦੀ ਭਰਮਾਰ ਕਰਨਗੇ ਅੱਜ ਜਿਹੜੀ ਅੰਤ ਹੈ ਔਰ ਜਿਹੜੀ ਇਸ ਖਿੱਤੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੋ ਮਨਾਈ ਜਾਂਦੀ ਆ ਚ ਥਾਵਾਂ ਦੇ ਉੱਤੇ ਤਾਂ ਇਹਦਾ ਬਹੁਤ ਜ਼ਿਆਦਾ ਜ਼ੋਰ ਹੁੰਦਾ ਦੁਆਬੇ ਤੇ ਮਾਝੇ ਦੇ ਖਿੱਚ ਖਾਸ ਤੌਰ ਦੇ ਉੱਤੇ ਔਰ ਇਹ ਆ ਪਹਿਲੀ ਵਾਰੀ ਆ ਕਿ ਜਿਹੜੀ ਪਤੰਗਾਂ ਨੇ ਉਹ ਸਿਰਫ ਉਹੀ ਜਿਹਦੇ ਉੱਤੇ ਸਟਿੱਕਰ ਜਿਹੜੇ ਆ ਉਹ ਲੱਗੇ ਹੋਏ ਟਰੈਕਟਰ ਦੀ ਫੋਟੋ ਪਤੰਗਾਂ ਦੇ ਨੋ ਫਾਰਮਰ ਨੋ ਫੂਡ ਵਾਲਾ ਜਿਹੜਾ ਸਟਿੱਕਰ ਬਹੁਤ ਇਸ ਵੇਲੇ ਪਤੰਗਾਂ ਵਿੱਚ ਦੁਕਾਨਦਾਰ ਨੇ ਕਿ ਜਿਹੜੇ ਛੋਟੀ ਉਮਰ ਦੇ ਬੱਚੇ ਖਰੀਦਦੇ ਆ ਉਹ ਕਿਸਾਨਾਂ ਵਾਲੇ ਖਰੀਦਦੇ ਦੂਜਾ ਕੋਈ ਪਤੰਗ ਨਹੀਂ ਜਿਹੜਾ ਉਹ ਵਿਕ ਰਿਹਾ ਜਿਹੜੇ ਲੋਕ ਨੇ ਜਿਹੜਾ ਉਹ ਕਿਸਾਨੀ ਉੱਡੀ ਜਿਹੜੀ ਆ ਉਹ ਅਸਮਾਨ ਚੜ੍ਹੀ ਵੇਖਣੀ ਚਾਹੁੰਦੇ ਆ ਔਰ ਇਸ ਅੰਦੋਲਨ ਦਾ ਅਸਰ ਜਿਹੜਾ ਜੀ ਉਹ ਹਰ ਵਰਗ ਦੇ ਉੱਤੇ ਆ ਕੋਈ ਕਹੇ ਕਿ ਸੰਘਰਸ਼ ਹੈ ਤੁਸੀਂ ਦੇਖੋ ਕਿ ਜੁੜਨਾ ਰੂਪ ਦੇ ਵਿੱਚ ਹੈ ਜਿਹੜਾ ਇੱਕ ਪਤੰਗ ਬਣਾਉਣ ਵਾਲਾ ਕਿਸਮ ਦੇ ਨਾਲ ਜੁੜ ਗਿਆ ਨਾ ਤਾਂ ਉਹਨੂੰ ਜੇ ਵਿਕਣਾ ਉਹ ਦੀ ਫੋਟੋ ਜਿਹੜੀ ਉਹ ਲੱਗੀ ਕਿਸਾਨ ਜਿਹੜੀਆਂ ਜਥੇਬੰਦੀ ਕਿਸੇ ਸਮੇਂ ਜਦੋਂ ਇੱਥੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਦਫ਼ਤਰ ਘੇਰਦੀ ਜਾਂ ਘੇਰਦੀ ਤਾਂ ਉਦੋਂ ਵਿਛਾ ਕੇ 50-100 ਬੰਦਾ ਜਿਹੜਾ ਉਹ ਬਹਿ ਜਾਂਦਾ ਕੋਈ ਉਹਨਾਂ ਦੀ ਗੱਲ ਵੀ ਸੁਣਨ ਦੇ ਵਾਸਤੇ ਨੇੜੇ ਆਉਂਦੀ ਪਰ ਅੱਜ ਕਿਸਾਨ ਅੰਦੋਲਨ ਜਿਹੜਾ ਉਹਨੇ ਹਰੇਕ ਦੂਰ ਕਰ ਦਿੱਤਾ ਕਿਸਾਨ ਦੇ ਨਾਮ ਦੀਆਂ ਮੰਗਾਂ ਦੇ ਨਾਲ ਉਹ ਖੜੇ ਹੋਣ ਦੇ ਵਾਸਤੇ ਮਤਲਬ ਕਿ ਜੇ ਅੱਜ ਉਹ ਸਿਰਫ ਉਹ ਵਿਕਰੀ ਦੇ ਉੱਤੇ ਕਿਸਾਨਾਂ ਦੀਆਂ ਫੋਟੋਆਂ ਲੱਗੀਆਂ ਨੇ ਕਿਸਾਨਾਂ ਦੇ ਨਾਲ ਕਵਿਤਾਵਾਂ ਉਹਦੇ ਉੱਤੇ ਉਹ ਲੱਗੀਆਂ ਹੋਈਆਂ ਨੇ ਔਰ ਜਿਹੜੀ ਟਰੈਕਟਰ ਦੀ ਫੋਟੋ ਜਿਹਦੇ ਜਿਹੜੀ ਉਹ ਲੱਗੀ ਆ ਔਰ ਜਿਹੜੀਆਂ ਰੰਗਾਂ ਨੇ ਉਹਦੇ ਉੱਤੇ ਇਹ ਲਿਖ ਏਚਾ ਪੈ ਗਿਆ ਜਾਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਉਹ ਲਿਖਿਆ ਹੋਇਆ ਜੀ ਇਹ ਅੱਜ ਜਦੋਂ ਅਸਮਾਨ ਦੇ ਵਿੱਚ ਉਹ ਚੜ੍ਹਨਗੇ ਕਿਤੇ ਨਾ ਕਿਤੇ ਜਿਹੜਾ ਦੀ ਜਿਹੜਾ ਨੌਜਵਾਨ ਵਰਗ ਹੈ ਦੇਖੋ ਇਹ ਕਦੀ ਲੋਕ ਬੱਚੇ ਨੇ ਯੰਗ ਇਹ ਕਦੀ ਇਹਨਾਂ ਨੂੰ ਕਿਸੇ ਜਿਹੜੀਆਂ ਇਹੋ ਜਿਹੀ ਅਵੇਅਰਨੈਸ ਤੁਸੀਂ ਦੇਖਿਆ ਹੁਣ ਸ਼ਾਮ ਨੂੰ ਜਦੋਂ 5 ਤੋਂ ਬਾਅਦ ਚੌਂਕਾਂ ਦੇ ਵਿੱਚ ਸ਼ਹਿਰ 'ਚ ਚੱਲ ਜਾਓ ਹਰੇਕ ਚੁੱਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਹੱਥਾਂ ਦੇ ਵਿੱਚ ਮੋਟੋ ਫੜ ਕੇ 2-2-3 ਉਹ ਖੜੇ ਰਹਿੰਦੇ ਆ ਲੋਕਾਂ ਨੂੰ ਅਵੇਅਰ ਅਜਿਹੀ ਉਹ ਚਰੋਕਣੀ ਜਾ ਰਹੀ ਸੀ ਤਾਂ ਕਿ ਇਹ ਲੋਕ ਉਹ ਆਪਣੇ ਹੱਕਾਂ ਪ੍ਰਤੀ ਘੱਟੋ ਘੱਟ ਜਾਗਰੂਕ ਤੇ ਨੂੰ ਠੱਗਿਆ ਨਾ ਚਾਹੇ ਉਹ ਪਤੰਗਾਂ ਦੇ ਰੂਪ ਦੇ ਵਿੱਚ ਹੀ ਕਿਸੇ ਵੀ ਰੂਪ ਦੇ ਵਿੱਚ ਹਰ ਚੀਜ਼ ਜਿਹੜੀ ਆ ਉਹਦਾ ਕੋਈ ਨਾ ਕੋਈ ਮਾਇਨਾ ਕੋਈ ਮਤਲਬ ਹੁੰਦਾ ਉਹ ਕੋਈ ਰੋਲ ਜਿਹੜਾ ਆਉਂਦੀ ਆ ਹਾਂ ਇੰਨਾ ਜ਼ਰੂਰ ਹੈ ਬੁੱਕ ਦੇ ਉੱਤੇ ਲੜਨ ਵਾਲੇ ਜਿਹੜੇ ਤੁਸੀਂ ਕਹਿ ਲਓ ਦਿਹਾੜੀ ਤੇ ਜਿਹੜੀਆਂ IT ਵਿੰਗ ਨੇ ਉਹਨਾਂ ਨੇ ਚਾਹੇ ਜਿਹੜੇ ਦੂਜੇ ਨੇ ਜਿਹਨਾਂ ਦਾ ਕੰਮ ਸਾਰਾ ਦਿਨ ਸੰਘਰਸ਼ ਨੂੰ ਗਾਲਾਂ ਜਾਂ ਆਗੂਆਂ ਨੂੰ ਗਾਲਾਂ ਉਹਨਾਂ ਨੂੰ ਜਿਹੜਾ ਸਿੱਖਿਆ ਲੈਣ ਦੀ ਉੱਥੋਂ ਜਿਹੜੀ ਉਹ ਲੋੜ ਹੈ ਕਿ ਚੌਂਕਾਂ ਦੇ ਪੜ੍ਹਿਆ ਲਿਖਿਆ ਵਰਗ ਹੈ ਨੌਜਵਾਨ ਉਹ ਕਿਸੇ ਨਾਲ ਜਾਗਰੂਕ ਤੇ ਉਹ ਖੜਾ ਸਾਈਨ ਲੈ ਕੇ ਕਿਤੇ ਉਹ ਇਹ ਨਹੀਂ ਕਹਿ ਰਿਹਾ ਅੰਦੋਲਨ ਦੀ ਅਗਵਾਈ ਕੋਣਾ ਉਹ ਸਿਰਫ ਔਰ ਸਿਰਫ ਖੇਤੀ ਵਿਰੋਧ ਦੇ ਵਿੱਚ ਜੀ ਅੱਗੇ ਮੋਹਾਲੀ ਦੇ ਵਿੱਚ ਬੂਥਾਂ ਦੇ ਉੱਤੇ ਕਬਜ਼ੇ ਹੋਏ ਆ ਤੇ ਉਹ ਮਾਮਲਾ ਵੀ ਹੁਣ ਹਾਈਕੋਰਟ 'ਚ ਪਹੁੰਚ ਗਿਆ ਦੇਖੋ ਇਹ ਜਿਹੜਾ ਜੀ ਬੇਸ਼ਰਮ ਜਿਹਨਾਂ ਨੂੰ ਇਉਂ ਲੱਗਦਾ ਕੁਛ ਬਦਲ ਜੂਗਾ ਸੋਚਦੇ ਸੀਗੇ ਇਹ ਲੋਕ ਇੱਥੇ ਛਿੱਤਰ ਪਕਰੀ ਗਏ ਟੋਹਾ ਉਸਨੂੰ ਗਾਲਾਂ ਕੱਢਦੇ ਚੜ੍ਹ ਕੇ ਬਾਕੀ ਦੂਜਿਆਂ ਨੂੰ ਗਾਲਾਂ ਕਿਸਨੇ ਬਹੁਤ ਸਾਰੇ ਤੋਂ ਸ਼ਰਮ ਲਾਹੀ ਸੱਤਾ ਦੇ ਵਾਸਤੇ ਵੋਟਾਂ ਪਾਉਣ ਨਜ਼ਰ ਆਏ ਜੋ ਪੁਲਿਸ ਜਦੋਂ ਪੁਲਿਸ ਇਹ ਲੋਕ ਪੁਲਿਸ ਆਪ ਜ਼ਿੰਮੇਵਾਰ ਹੈ ਇਹ ਸਿਆਸੀ ਜੂਲਾ ਆਪਣੇ ਗਲੋਂ ਲਾਉਣਾ ਉਹ ਇੱਥੇ ਇਹਦੇ ਵਿੱਚ ਵੀ ਉਹ ਕਬਜ਼ੇ ਹੋਏ ਔਰ ਜਿਹੜੇ ਉਮੀਦਵਾਰਾਂ ਨੂੰ ਤੋਂ ਰੋਕਿਆ ਗਿਆ ਇਹ ਮਾਮਲਾ ਪੰਜਾਬ ਨੇ ਇਹਦੇ ਉੱਤੇ ਅੱਜ ਸੁਣਵਾਈ ਜਦੋਂ ਕਿ ਵੋਟੀ ਭਲਕੇ ਹੋਊਗੀ ਭਲਕੇ 9 ਵਜੇ ਵੋਟਾਂ ਦੀ ਗਿਣਤੀ ਜਿਹੜੀ ਆਜ਼ਾਦ ਗਰੁੱਪ ਤੇ ਆਪ ਉਮੀਦਵਾਰ ਉਹਨੇ ਈਮੇਲ ਦੇ ਰਾਹੀਂ ਸ਼ਨ ਦਾਇਰ ਕਰਕੇ ਜਿਹੜੀ ਲੋਕਲ ਵੀਡੀਓਗ੍ਰਾਫੀ ਕਾਂਗਰਸੀ ਆਗੂਆਂ ਤੇ ਕਬਜ਼ਾ ਕਰ ਕੋ ਲਾਇਆ ਗੱਲ ਅਗਲੇ 10 ਸਾਲ ਰਾਜ ਸੀਗਾ ਅਕਾਲੀ ਦਲ ਤੇ ਉਹ ਤੈਨੂੰ ਪੇਪਰ ਬਣ ਦਿੰਦੇ ਕੁੱਟਮਾਰ ਕਰਵਾ ਦਿੰਦੇ ਉਦੋਂ ਕਿਟ ਕਾਂਗਰਸੀ ਕਰਦੇ ਹੁਣ ਕੰਪਲੇਂਟ ਅਕਾਲੀ ਦਲ ਮਤਲਬ ਕਿ ਡਰਾਮਾ ਇਹ ਲੋਕ ਸੱਤਾਧਾਰੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਜਿਹੜਾ ਜੀ ਉਹ ਕੀਤਾ ਹੋਇਆ ਮਤਲਬ ਕਿ ਬਰਬਾਦੀ ਪੱਗਾਂ ਤੇ ਸਿਆਸੀ ਨੇਤਾ ਦਾ ਕੁਛ ਨੀ ਜਿਹੜਾ ਦੁਸ਼ਮਣੀਆਂ ਮਤਲਬ ਕਿ ਪੈਦਾ ਕਰਦੇ ਆਪਾਂ ਪਹਿਲਾਂ ਜਿਹੜੀ ਗੱਲ ਕੀਤੀ ਕਿ ਜਿਹੜਾ ਅੰਦੋਲਨ ਇਹ ਕਿਤਿਆਂ ਦੇ ਪਾਪ ਘਟਾ ਰਿਹਾ ਜਦੋਂ ਕਿ ਉਹ ਪਾੜਿਆਂ ਨੂੰ ਹੋਰ ਪੰਜਾਬ ਰਹਿਣਾ ਹਾਈਕੋਰਟ ਮਾਮਲੇ ਦੇ ਤਾਂ ਇਹ ਅੱਜ ਜਿਹੜਾ ਜੀ ਉਹਗਾ ਸ੍ਰੀ ਬਲਵੀਰ ਸਿੱਧੂ ਜਿਹੜਾ ਜੀ ਉਹਨਾਂ ਦਾ ਮੁੰਡਾ ਲੜ ਰਿਹਾ ਤੇ ਉਧਰ ਥੋੜਾ ਕਰਕੇ ਕੁਲਵੰਤ ਸਿੰਘ ਜਿਹੜਾ ਹੈ ਆਮ ਆਦਮੀ ਪਾਰਟੀ ਕੀਤਾ ਹੋਇਆ ਉਹਨਾਂ ਨੂੰ ਉਹ ਰਲ ਕੇ ਲੜ ਰਹੇ
ਥਾਂ ਥਾਂ ਦੇ ਉੱਤੇ ਹਿੱਤਾਂ ਨੇ ਇਹਨਾਂ ਨੇ ਆਪਣੀ ਮੁੱਛ ਦਾ ਸਵਾਲ ਜਿਹੜਾ ਬਣਾਇਆ ਜਿਹਦੇ ਸਿਰ ਪਾਟੇ ਪੱਗਾਂ ਨੇ। ਦੇਖਦੇ ਹਾਂ ਹਾਈਕੋਰਟ ਕੀ ਜਿਹੜਾ ਦੀ ਉਹਦੇ ਵਿੱਚ 17 ਲੋਕ ਗ੍ਰਿਫਤਾਰ ਕੀਤਾ ਗਿਆ, 24 ਦੇ ਖਿਲਾਫ਼ ਮੰਨੇ ਗਏ ਆ, ਜਿਹਨੂੰ ਗ੍ਰਿਫਤਾਰ ਕੀਤਾ ਗਿਆ, ਮਾਮਲੇ ਦਰਜ ਕੀਤੇ ਗਏ ਆ ਉਹਨਾਂ। ਹੁਣ ਇਹ ਕਿਵੇਂ ਜਾ ਕੇ ਇਹ ਵੀ ਆਪਣੇ ਬਿਲਕੁਲ ਜੀ, ਬਾਕੀ ਇਹ ਜਿਹੜੇ ਲੋਕ ਹੈਗੇ ਆ ਬੰਦੇ ਤਾਂ ਉਹੀ ਆ ਨਾ, ਇੱਧਰ ਉੱਧਰ ਭੱਜਦੇ ਫਿਰਦੇ ਜਿਹੜੇ। ਤਾਂ ਅੱਗੇ ਇੱਕ ਜਿਹੜਾ ਮੰਤਰੀ ਸੀ ਹਰਿਆਣੇ ਦਾ, ਉਸਨੇ ਜਿਹੜਾ ਪੁੱਠਾ ਸਿੱਧਾ ਬਿਆਨ ਦਿੱਤਾ, ਉਸ ਦਾ ਭਾਰੀ ਵਿਰੋਧ ਹੋ ਰਿਹਾ। ਦੇਖੋ ਘੱਟ ਕੋਈ ਨਹੀਂ ਕਰ ਰਿਹਾ ਸਿੱਧਾ ਬਿਆਨ ਦੇਣ ਦੇ ਵਾਸਤੇ, ਜਿਹਦਾ ਦਾਅ ਲੱਗਦਾ ਅਨਿਲ ਵਿਜ ਹੈ, ਉਹਨੇ ਜਿਹੜਾ ਜੀ ਇੱਕ ਕਹਿ ਲਓ ਕਿ ਬੇਹੂਦਾ ਟਾਈਪ ਕੀਤਾ ਕੱਲ, ਔਰ ਉਹਦੇ ਉਹ ਇਹ ਗੱਲ ਜਿਹੜਾ ਕਹਿੰਦਾ ਟਵਿੱਟਰ ਦੇ ਉੱਤੇ ਕਿ ਦੇਸ਼ ਵਿਰੋਧ ਦੇ ਵੀ ਦਿਮਾਗ ਦੇ ਵਿੱਚ ਹੋਵੇ ਉਹਦਾ ਬੀਜ ਨਾਸ਼ ਚਾਹੀਦਾ, ਭਾਵੇਂ ਉਹ ਦਿਸ਼ਾ ਰਵੀ ਹੋਵੇ ਚਾਹੇ ਕੋਈ ਹੋਰ। ਹੁਣ ਇੱਥੇ ਹੀ ਇਹ ਹੋਇਆ ਪਿਆ, ਟਵਿੱਟਰ ਗੋਡੇ ਟੇਕ ਇੱਕ ਕਿਸਮ ਦੇ ਨਾਲ, ਔਰ ਉਹ ਸੀਗਾ ਉਹ ਦੋ ਇਹ ਕਿਹਾ ਕਿ ਟਵੀਟ ਦੇ ਵਿੱਚ ਕੁਛ ਵੀ ਗਲਤ ਨਹੀਂ, ਇਹ ਟਵਿੱਟਰ ਕਹਿੰਦਾ ਕਿ ਇਹਦੇ ਵਿੱਚ ਕੁਛ ਵੀ ਗਲਤ ਨਹੀਂ। ਉਹਨੇ ਠੀਕ ਹੈ ਉਹਦਾ ਟਵੀਟ ਉਹ ਬਹਾਲ, ਸ਼ਿਕਾਇਤ ਮਿਲ ਸੀਗੀ ਤੇ ਬਾਅਦ ਦੇ ਵਿੱਚ ਉਹਦਾ ਅਕਾਊਂਟ ਵੀ ਜਿਹੜਾ ਦਿੱਤਾ। ਜੇ ਜਿਹੜੇ ਇਸ ਟਵੀਟ ਦੇ ਵਿੱਚ ਬਿਨਾਸ਼ ਕਰਨ ਵਾਲੀ ਜੋ ਗੱਲ ਹੈ ਉਹ ਕੁਛ ਗਲਤ ਨਹੀਂ, ਤਾਂ ਫਿਰ ਸਵਾਲ ਇਸ ਨੂੰ ਟਵਿੱਟਰ ਜਾਂ ਜਿਹੜੇ ਉਹਦੇ ਨਾਲ ਜੁੜੇ ਹੋਏ ਸੀਗੇ ਉਹ ਉਹਨੇ ਬੰਦ ਕਰ, ਟਵਿੱਟਰ ਵਰਗਾ ਅਦਾਰਾ ਜਿਹੜਾ ਜੀ ਉਹ ਇਸ ਇਉਂ ਗੋਡੇ ਟੇਕ ਵਾਲੀ ਗੱਲ ਜਿਹੜੀ ਉਹ ਰਹੀ। ਉਧਰ ਜਿਹੜਾ ਹਰਿਆਣੇ ਦਾ ਖੇਤਰੀ ਹੈ ਜੇ ਪੀ ਦਲਾਲ, ਜਿਹਦੇ ਵੱਲੋਂ ਇੱਕ ਵਿਵਾਦਿਤ ਜਿਹੜੇ ਸ਼ਹੀਦ ਹੋਏ ਆ ਕਿਸਾਨ, ਉਹਨਾਂ ਦੇ ਬਾਰੇ ਚ ਉਹ ਕਹਿੰਦਾ ਕੋਈ ਮਰਨਾ ਵੀ ਸੀਗਾ, ਮਰ ਤਾਂ ਉਹਨਾਂ ਘਰੇ ਵੀ ਜਿਹੜਾ ਜੇ ਉੱਥੇ ਜਿਹੜਾ ਜੀ ਉਹ ਮਰ ਗਏ। ਇਹਨੂੰ ਲੈ ਕੇ ਹਰਿਆਣੇ ਦੇ ਵਿੱਚ ਜਿਹੜਾ ਉਹ ਭਾਰੀ ਵਿਰੋਧ ਹੋ ਰਿਹਾ, ਔਰ ਦਲਾਲ ਦੇ ਵੱਲੋਂ ਨਹੀਂ ਹੈ ਉਹਨੂੰ ਲੈ ਕੇ ਹਰਿਆਣੇ ਦੇ ਜੇ ਪੀ ਦਲਾਲ ਹੀ ਛੱਡੇ ਨਾ ਹਿੰਮ ਜਿਹੜੀ ਆਈ ਗਈ ਆ ਪੂਰੇ ਹਰਿਆਣੇ ਕਿਸਾਨ ਜਥੇਬੰਦੀ ਜਿਹੜਾ ਜੀ ਇਹਦੇ ਦਲਾਲ ਦੇ ਪੁਤਲੇ ਜਿਹੜੇ ਸਾੜੇ ਹਿਸਾਰ, ਟੋਹਾਣਾ, ਕਰਨਾਲ, ਜੀਂਦ, ਜਿਹੜੀ ਮਾਨ ਸਿੰਘ ਵਾਲਾ, ਖੁਰ ਪਲਾਜ਼ਾ, ਫਿਰ ਪਾਣੀਪਤ, ਇੱਥੇ ਸਾਰੇ ਜਗ੍ਹਾ ਦੇ ਜੇ ਪੀ ਦਲਾਲ ਦੇ ਪੁਤਾੜੇ ਗਏ। ਇਹ ਗੱਲ ਕਹੀ ਕਿ ਜੇ ਪੀ ਦਲਾਲ ਦੇ ਬਾਈਕਾਟ ਕੀਤਾ ਜੀ, ਇਹ ਕਿਹਾ ਕਿ ਉਹਨੂੰ ਸੂਬੇ ਦੇ ਵਿੱਚ ਕੋਈ ਸਮਾਗਮ ਦੇ ਵਿੱਚ ਦਿੱਤਾ ਜਾਵੇ, ਉਹਨੂੰ ਕਿਸੇ ਵੀ ਪਿੰਡ ਜਾਂ ਸ਼ਹਿਰ ਦਾਖਲ ਹੋਣ ਪ੍ਰਵਾਨਗੀ ਜਿਹੜੀ ਉਹ ਨਾ ਦਿੱਤੀ ਜਾਵੇ। ਇਹਦੇ ਬਾਵਜੂਦ ਜੇ ਉਹ ਕਿਸੇ 'ਚ ਦਾਖਲ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਉਹ ਖੁਦ ਹੋਊ। ਭਾਰਤੀ ਕਿਸਾਨ ਯੂਨੀਅਨ ਜੇ ਪੀ ਦਲਾਲ ਦੇ ਵਿਰੋਧ ਮਾਰਚ ਕੱਢਿਆ, ਇਸ ਤੋਂ ਬਾਅਦ ਖੇਤਰੀ ਦਾ ਪੁਤਲਾ ਜਿਹੜਾ ਦੀ ਉਹ ਸਾੜਿਆ ਗਿਆ, ਔਰ ਇਹ ਵੀ ਜਿਹੜਾ ਦੀ ਕਿਹਾ ਗਿਆ ਕਿ ਉਹਦੀ ਜਿਹੜੀ ਟਿੱਪਣੀ ਕਿਸਾਨਾਂ ਦੇ ਉੱਤੇ, ਸ਼ਹੀਦ ਕਿਸਾਨਾਂ ਦੇ ਉੱਤੇ ਕੀਤੀ ਆ ਉਹ ਭੱਦੀ ਟਿੱਪਣੀ ਆ, ਔਰ ਇਹ ਕਿ ਅਜਿਹੇ ਮੰਤਰੀ ਮੰਡਲ ਦੇ ਵਿੱਚ ਬਰਖਾਸਤ ਜਿਹੜਾ ਜੀ ਉਹ ਚਾਹੀਦਾ। ਹੁਣ ਬਰਖਾਸਤ ਕਰੂਗਾ ਜਿਹੜੇ ਮਨੋਹਰ ਲਾਲ ਖੱਟਾ, ਆਪਣਾ ਜਿਹੜਾ ਜੀ ਕੰਟਰੋਲ ਹੈ ਨੀਗਾ ਜ਼ਬਾਨ ਦੇ, ਜਾਂ ਫਿਰ ਜ਼ਬਾਨ ਬਿਲਕੁਲ ਕਿਸੇ ਜਿਹੜਾ ਜੀ ਜਗ੍ਹਾ ਦੇ ਉੱਤੇ ਰੱਖ ਕੇ ਭੁੱਲ ਗਿਆ ਪੰਥ ਚੁਟਾਲਾ ਉਹ ਕਰੂਗਾ। ਇਸ ਕਰਕੇ ਉਮੀਦ ਤਾਂ ਜਿਹੜੀ ਉਹ ਕੋਈ ਨੀ ਗੀ, ਪਰ ਇੰਨਾ ਜ਼ਰੂਰ ਆ ਜੇ ਪੀ ਦਲਾਲ ਦੇ ਲੈ ਕੇ ਜਿਹੜਾ ਜੀ ਇੱਕ ਵੱਡਾ ਜੀ ਬੋਲਣ ਲੱਗੇ ਨੀ, ਦੇਖਦੇ ਸਾਡੇ ਮੂੰਹ ਚੋਂ ਨਿਕਲਦਾ ਕੀ ਆ। ਅੱਗੇ ਟਿੱਕਰੀ ਬਾਰਡਰ ਦੇ ਉੱਤੇ ਕਿਸਾਨਾਂ ਨੇ ਪੱਕੇ ਵਾਸ਼ਰੂਮ ਬਣਾਉਣੇ ਸ਼ੁਰੂ ਕੀਤੇ। ਦੇਖੋ ਜਿਹੜੇ ਜਿਵੇਂ ਕਿਸਾਨ ਜਿਹੜਾ ਜੀ ਬੈਠੇ ਨੇ ਇਹਨਾਂ ਨੂੰ ਲੈ ਕੇ ਹੌਲੀ ਹੌਲੀ ਜਿਹੜਾ ਜੀ ਉਹ ਪੈਰਾਂ ਤੋਂ ਵੱਡੀ ਸਮੱਸਿਆ ਜਿਹੜੀ ਨਾ ਆ ਵਾਸ਼ਰੂਮ, ਖਾਸ ਤੌਰ ਤੇ ਲੇਡੀਜ਼ ਵੱਡੀ ਗਿਣਤੀ ਦੇ ਵਿੱਚ ਨੇ। ਇਹ ਹਾਲਾਤ ਨੇ ਜਿਹੜੀ ਕਮਿਟਮੈਂਟ ਫੇਸਬੁੱਕੀਏ ਨੇ ਉਹਨਾਂ ਦੀਆਂ ਵਗੈਰਾ ਪੜ੍ਹ ਕੇ ਜਿਹੜਾ ਜੀ ਕਈ ਵਾਰੀ ਕੁਛ ਲੋਕ ਪਰੇਸ਼ਾਨ, ਲੇਡੀਜ਼ ਉਹ ਸਾਰਾ ਇਸ ਕਰਕੇ ਫਿਰ ਵਾਸ਼ਰੂਮ ਜਾਣਾ ਪਊਗਾ, ਵਾਸ਼ਰੂਮ ਵੀ ਉਹ ਜਾਣਗੇ। ਇਹਦੇ ਨਾਲ ਕਈ ਵਾਰੀ ਜਿਹੜੀ ਇਨਫੈਕਸ਼ਨ ਵਗੈਰਾ ਦੀਆਂ ਉਹਦੇ ਬਾਵਜੂਦ ਤਿਆਰ ਨੇ, ਸਗੋਂ ਆਪਣੇ ਦਰਦ ਜਿਹੜਾ ਜੀ ਹੁਣ ਜਿਹੜੇ ਉਸ ਤੋਂ ਪਹਿਲਾਂ ਜਿਹੜਾ ਜੀ ਲੇਡੀਜ਼ ਦੇ ਵਾਸਤੇ ਇੰਤਜ਼ਾਮ ਜਿਹੜਾ ਕੀਤਾ ਇਹਦੇ ਵਿੱਚ ਪੱਕੇ ਨੇ, ਉਹ ਟਾਇਲਟ ਬਣਾਏ ਜਾ, ਗੀਜ਼ਰ ਤੇ ਟਾਇਲਟ ਪੱਕੇ ਬਣਾ, ਜਿਹੜੀਆਂ ਸੀਟਾਂ ਨੇ ਉਹ ਲਾ ਦਿੱਤੀ, ਬਾਹਰ ਟੀਵੀ ਕੈਮਰੇ ਲਾ ਦਿੱਤੇ, ਸਮਰਸੀਬਲ ਪੰਪ ਲੱਸਿਆ ਬੜੀ ਵੱਡੀ ਦੇ। ਇਹਨਾਂ ਲੇਡੀਜ਼ ਦੇ ਵਾਸਤੇ ਇਹ ਵਾਸ਼ਰੂਮ ਵਰਤਣ ਪਹਿਲ ਜਾ ਰਹੀ ਕਿ ਉਹਨਾਂ ਨੂੰ ਜਿਹੜਾ ਦੀ ਉਹ ਵਾਸ਼ਰੂਮ ਕਰ ਸਕ ਨਹਾ ਸਕੋ ਜਾ ਸਕ, 2.5 ਮਹੀਨੇ ਚੁੱਕਿਆ ਹੋਇਆ, ਸਰਕਾਰ ਤਾਂ ਉਹ ਤਿਆਰ ਨਹੀਂ। ਹੁਣ ਇਹ ਨਿਰਮਾਣ ਲੱਗੇ ਆ, ਜਿਹੜੀ ਇੱਕ ਔਰਤ ਹੈ ਕਿ ਵਾਸ਼ਰੂਮ ਜਾਣ 'ਚ ਦਿਨ ਭਰ ਪਾਉਂਦੇ ਤਾਂ ਕਿ ਟੋਇਲਟ ਹੁਣ ਬਣ ਗਿਆ, ਹੁਣ ਕੋਈ ਟੈਂਸ਼ਨ ਨਹੀਂ ਹੈਗੀ, ਇੱਕ ਵੱਖਰਾ ਸ਼ੈੱਡ ਬਣਾ ਦਿੱਤਾ ਔਰ ਇਹਨਾਂ ਨੇ ਬਾਹਰ ਪਹਿਰਾ ਦਿੰਦੀ, ਕੋਈ ਉਹਨਾਂ ਨੂੰ ਮੁਸ਼ਕਲ ਨਾਸੀਬਲ ਲੱਗਣ ਦੇ ਨਾਲ ਪਾਣੀ ਮੱਸਿਆ ਜਿਹੜੀ ਉਹ ਕਾਫੀ ਹੱਲ ਹੈ। ਜਿਹੜੇ ਕੈਂਪ ਲਾਉਣ ਵਾਲੇ ਨੇ ਉਹ ਕਹਿੰਦੇ ਆ ਕਿ ਪੰਪ ਤੇ ਟਾਇਲਟ ਜਿਹੜਾ ਦੀ ਜਿਹੜੇ ਪੈਸੇ ਖਰਚ ਹੋਏ ਆ, ਪਰ ਗਰਮੀ ਦੀਆਂ ਸ਼ੈੱਡਾਂ ਲਾ ਕੂਲਰ ਕਰ ਰਹੇ ਨੇ, ਟੀਵੀ ਕੈਮਰੇ ਲਾਏ ਆ, ਇਹਦੇ ਨਾਲ ਮੋਬਾਈਲ ਪਿੰਗ ਕਰਦੇ ਕਿ ਕੋਈ ਜਿਹੜਾ ਇਹ ਮੋਰਚੇ ਦੇ ਵੀ ਕੋਈ ਖੜੀ ਜਿਹੜਾ ਜੀ ਉਹ ਕਹਿੰਦੇ ਕਿ ਪਾਉਂਦੀ ਆ ਵੀਡੀਓ ਜਿਹੜੇ ਇਹ ਜਿਹੜੀ ਆ ਉਹਨਾਂ ਨੂੰ ਵੱਖਰੀ ਜਗ੍ਹਾ ਦੇ ਸੇਵ ਕੀਤਾ ਜਾ ਰਿਹਾ, ਔਰ ਜਿਹੜੇ ਪੰਪ ਦੇ ਵਾਸਤੇ ਫਿਲਟਰ ਲਾਏ ਜਾ ਰਹੇ ਆ, ਔਰ ਉਹਨੂੰ ਸਾਲ ਜਿਹੜਾ ਅਸੀਂ ਹਰ ਇੰਤਜ਼ਾਮ ਜਿਹੜੇ ਆ ਉਹ ਕਰ ਲਏ। ਦੂਜੇ ਪਾਸ ਜਿਹੜੇ ਜੀ ਜੋ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਵਾਲੇ ਕਿਸਾਨ ਆਗੂ ਜਿਹੜਾ ਜੀ ਬੁਰਾ ਭਲਾ ਕਰ ਰਹਿਣ ਵਾਲੇ, ਇਹ ਚੀਜ਼ਾਂ ਜਿਹੜਾ ਉਹ ਲੋੜ ਹੈ ਚੀਜ਼ਾਂ ਵੱਲ ਧਿਆਨ ਦੇਣ ਦੀ ਵੀ ਬਹੁਤ। ਦੇਖੋ ਜੀ ਲੋਕਾਂ ਦੀ ਕਮਿਟਮੈਂਟ ਤਾਂ ਬਹੁਤ ਜ਼ਿਆਦਾ ਆ, ਅਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਉੱਤਰਾਖੰਡ ਦੀ ਤਬਾਹੀ ਦੀ, ਉਸ ਦੇ ਵਿੱਚ 56 ਲਾਸ਼ਾਂ ਬਰਾਮਦ ਹੋਈਆਂ। ਚਮੋਲ ਵਿਸ਼ਨੂਗਾਰ ਬਣਨਾ 8-34 ਬੰਦੇ ਦੀ ਭਾਲ ਹੈ। ਹੁਣ
ਘੱਟ ਮਿਲੀ ਆ। ਉੱਤਰਾਖੰਡ ਜਾ ਰਹੀ ਆ 56.48 ਭਾਲ ਪੰਜਾਬ ਨਹੀਂ ਉੱਤਰਾਖੰਡ ਦੇ ਨਾਲ ਫੋਨ ਤੇ ਗੱਲਬਾਤ ਕਿ ਉਹਨਾਂ ਨੂੰ ਕੋਈ ਵੀ ਦੱਸ ਰਿਹਾ ਘੰਟੇ ਬਾਅਦ ਨਾਲ ਗੱਲਬਾਤ ਪਰਿਵਾਰਾਂ ਦੱਸਿਆ ਕੀ ਆ ਵਿਸ਼ਾ ਇੱਥੇ ਤਬਾਹੀ ਪੱਧਰ ਦੇ ਕੀ ਗਲਤੀ ਅੜਬ ਨਿਕਲਿਆ ਹੋਇਆ ਜਿਹੜਾ ਜੀ ਜਾ ਸਕ ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।